ਪ੍ਰੀਤ ਸਿੰਘ ਸਰਪੰਚ ਇੰਦਰਾਵਾਲ ਜੀ ਜ਼ਿਲ੍ਹਾ ਗੁਰਦਾਸਪੁਰ। ਮੈਂ ਸਭ ਤੋਂ ਪਹਿਲਾਂ ਜੀ ਆਪਣੇ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਾਂਗਾ ਜੀ। ਇਸ ਤੋਂ ਬਾਅਦ ਜੀ ਮੈਂ ਆਪਣੇ ਵਿਧਾਇਕ ਸਾਰਾ ਪਰਿਵਾਰ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੀ, ਜਿਸ ਨੇ ਮੈਨੂੰ 23 ਸਾਲ ਦੀ ਉਮਰ ਵਿੱਚ ਸਰਪੰਚ ਜੀ ਦੇ ਅੱਗੇ ਨਿਵਾਜਿਆ ਜੀ। ਮੈਂ ਆਪਣੇ ਪੂਰੇ ਪਿੰਡ ਦਾ ਬਹੁਤ ਜ਼ਿਆਦਾ ਧੰਨਵਾਦੀ ਹਾਂ ਵੀ ਹਰ ਕੰਮ ਵਿੱਚ ਮੇਰਾ ਸਾਥ ਦੇ ਰਹੇ ਜੀ। ਇਸ ਤੋਂ ਬਾਅਦ ਮੈਂ ਕਹਾਂਗਾ ਆਪਣੇ ਵਿਧਾਇਕ ਪਾੜਾ ਜੀ ਨੂੰ ਵੀ ਸਾਡੇ ਮੜੀਆਂ ਵਿੱਚ ਕੰਮ ਬਹੁਤ ਜ਼ਿਆਦਾ ਹੋਣ ਵਾਲਾ, ਉੱਥੇ ਇੰਟਰਲੋਕ ਵੀ ਲੱਗਣ ਵਾਲੀ ਹੈ ਜੀ, ਉੱਥੇ ਸਾਡੇ ਪਿੰਡ ਦੀ ਛੱਪੜ ਦੀ ਸਫਾਈ ਵੀ ਹੋਣ ਵਾਲੀ ਹੈ ਜੀ। ਸਾਡੇ ਪਿੰਡ ਦੇ ਗਲੀਆਂ ਨਾਲੀਆਂ ਕੁਛ ਤੁਸੀਂ ਪ੍ਰਬੰਧਕ ਲਵਾ ਕੇ ਪਹਿਲਾਂ ਸਾਡੇ ਸਰਪੰਚ ਤੋਂ ਇਲਾਵਾ ਤੁਸੀਂ ਅੱਧੀਆਂ ਮੁਕੰਮਲ ਕਰ ਹੀ ਛੱਡੀਆਂ ਜੀ, ਉਹ ਥੋੜ੍ਹੀਆਂ ਬਹੁਤੀਆਂ ਰਹਿੰਦੀਆਂ ਜਿਹੜੇ ਉਹ ਸਾਨੂੰ ਬਫੇ ਦਿਓ ਅਸੀਂ ਮੁਕੰਮਲ ਕਰਾਈਏ। ਬਾਕੀ ਰਹਿੰਦੇ ਜਿਹੜੇ ਕੋਈ ਕਾਰਡ ਕੂਡ ਰਹਿ ਗਏ ਨੇ ਉਹ ਵੀ ਤੁਸੀਂ ਮੁਕੰਮਲ ਕਰੋ, ਲੋਕਾਂ ਦੀਆਂ ਪੈਨਸ਼ਨਾਂ ਤੁਸੀਂ ਕੈਂਪ ਲਵਾ ਕੇ ਲਵਾ ਹੀ ਛੱਡੀਆਂ, ਕੋਈ ਇੱਕ ਅੱਧੀ ਰਹਿੰਦੀ ਹੋਈ ਤਾਂ ਤੁਹਾਡੇ ਨਿਗਾਹ ਜ਼ਰੂਰ ਲਿਆਵਾਂਗੇ ਜੀ। ਕੈਂਪ ਸਰਕਾਰ ਤੋਂ ਇਹ ਕਹਾਂਗਾ ਜੀ ਵੀ ਜੇ 750 ਜੀ ਪੈਨਸ਼ਨ ਬਹੁਤ ਜ਼ਿਆਦਾ ਘੱਟ ਹੈ ਜੀ, ਇਹਨੂੰ 2500 ਰੁਪਈਆ ਕੀਤੀ ਜਾਵੇ। ਇੱਕ ਤਾਂ ਜਿਹੜੀ ਹੈ ਪੈਨਸ਼ਨ ਦੇਣ ਦੀ ਉਮਰ ਆ ਉਹ ਬਹੁਤ ਜ਼ਿਆਦਾ ਵਧਾਤੀ ਹੈ, ਮੇਰੇ ਅਕੋਰਡਿੰਗ ਜਿਹੜੀ ਆ 55 ਸਾਲ ਜਿਹੜੀ ਚਾਹੀਦੀ ਆ ਮਹਿਲਾ ਨੂੰ ਅਤੇ 60 ਸਾਲ ਜਿਹੜੀ ਚਾਹੀਦੀ ਹੈ ਪੁਰਸ਼ ਨੂੰ। ਜਿਹੜੀ 65 ਅਤੇ 56 ਸਾਲ ਜੇ ਉਮਰ ਬਹੁਤ ਜ਼ਿਆਦਾ, ਇਹਨੂੰ ਘੱਟ ਕੀਤਾ ਜਾਵੇ ਜੀ। ਜਿਹੜਾ ਸਰਕਾਰੀ ਸਕੂਲ ਦੀ ਜਿਹੜੀ ਸਿੱਖਿਆ ਦਾ ਉਹ ਪ੍ਰਾਈਵੇਟ ਸਕੂਲਾਂ ਨੂੰ ਪੜ੍ਹਾਉਣੀ ਚਾਹੀਦੀ ਹੈ, ਹਰ ਇੱਕ ਵਰਗ ਨੂੰ ਇਸਦਾ ਲਾਭ ਲਾਉਣਾ ਚਾਹੀਦਾ ਜੀ। ਜਿਹੜਾ ਮੈਡੀਕਲ ਇਲਾਜ ਹੈ ਜੀ ਹਰ ਵਰਗ ਦਾ ਫ੍ਰੀ ਹੋਣਾ ਚਾਹੀਦਾ ਜੀ। ਸਾਡੇ ਪਿੰਡ 'ਚ ਐਂਗਨਵਾੜੀ ਸੈਂਟਰ ਬਣਾਇਆ ਜਾਵੇ, ਪੰਚਾਇਤ ਘਰ ਸਾਡੇ ਪਿੰਡ ਹੈ ਨਹੀਂ, ਪੰਚਾਇਤ ਘਰ ਬਣਾਇਆ ਜਾਵੇ। ਹੋਰ ਇੱਕ ਸਾਡੇ ਪਿੰਡ ਦੀ ਬਹੁਤ ਵੱਡੀ ਪ੍ਰੋਬਲਮ ਹੈ ਜੀ, ਪਿੰਡ ਦਾ ਪਾਣੀ 'ਚ ਕੋਈ ਨਿਕਾਸ ਹੈ ਨਹੀਂ ਜੀ, ਸਾਡੇ ਪਿੰਡ 'ਤੇ ਕੋਈ ਨਾ ਕੋਈ ਸ਼ੁੱਧ ਪਾਣੀ ਸਾਨੂੰ ਮਿਲਦਾ ਜੀ। ਸਾਡੇ ਪਿੰਡ ਵਿੱਚ ਵਾਟਰ ਸਪਲਾਈ ਟੈਂਕੀ ਮੁਹੱਈਆ ਕਰਾਈ ਜਾਵੇ, ਹਰ ਇੱਕ ਵਰਗ ਨੂੰ ਇਸਦਾ ਲਾਭ ਹੋਣਾ ਚਾਹੀਦਾ ਜੀ। ਮੈਂ ਜੀ ਪਹਿਲਾਂ ਤਾਂ ਆਪਣੇ ਵਿਧਾਇਕ ਜੀ ਬਰਿੰਦਰਮੀਤ ਸਿੰਘ ਪਾੜਾ ਸਾਹਿਬ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੀ, ਜਿਨ੍ਹਾਂ ਨੇ ਮੈਨੂੰ 23 ਸਾਲ ਦੀ ਉਮਰ ਵਿੱਚ ਸਰਪੰਚੀ ਦੇ ਕੇ ਨਿਵਾਜਿਆ ਜੀ। ਬਾਕੀ ਗੱਲ ਹੁਣ ਪਿੰਡ ਦੀ ਕਰੀਏ ਜੀ, ਅਤੇ ਸਭ ਤੋਂ ਪਹਿਲਾਂ ਜੀ ਮੈਂ ਆਪਣੇ ਵਿਧਾਇਕ ਸਾਹਿਬ ਨੂੰ ਇਹ ਬੇਨਤੀ ਕਰਾਂ ਕਿ ਸਾਡੇ ਪਿੰਡ ਦਾ ਛੱਪੜ ਦਾ ਬਹੁਤ ਮਾੜਾ ਹਾਲ ਹੈ ਜੀ, ਇਸਦੀ ਸਫਾਈ ਕੀਤੀ ਜਾਵੇ, ਇਸਦੀ ਖੁਦਾਈ ਵੀ ਕੀਤੀ ਜਾਵੇ ਤਾਂ ਕਿ ਜੋ ਪਿੰਡ ਨੂੰ ਵਧੀਆ ਕੰਮ ਹੋ ਸਕੇ। ਮੈਂ ਜੀ ਸਰਪੰਚ ਲਵਪ੍ਰੀਤ ਸਿੰਘ, ਮੇਰੇ ਨਾਲ ਵੱਡਾ ਭਰਾ ਰਵਿੰਦਰ ਸਿੰਘ, ਵੀ ਮਨਰੇਗਾ ਤਹਿਤ ਮਿੱਟੀ ਦਾ ਕੰਮ ਤਾਂ ਮੁਕੰਮਲ ਹੋ ਚੁੱਕਾ। ਮੈਂ ਹੁਣ ਆਪਣੇ ਵਿਧਾਇਕ ਸਾਹਿਬ ਨੂੰ ਜੇ ਬੇਨਤੀ ਕਰਾਂਗਾ ਕਿ ਇੰਟਰਲੋਕ ਦਾ ਪ੍ਰਬੰਧ ਕੀਤਾ ਜਾਵੇ, ਇਸੇ ਪਾਣੀ ਦੀ ਸਪਲਾਈ ਵੀ ਪੂਰੀ ਕੀਤੀ ਜਾਵੇ। ਪਾਣੀ ਦੀ ਸਪਲਾਈ ਇੱਥੇ ਸ਼ਮਸ਼ਾਨ ਘਾਟ ਵਿੱਚ ਹੈ ਨਹੀਂ ਹੈ, ਅਤੇ ਇੱਥੇ ਬਹਿਣ ਵਾਸਤੇ ਕੋਈ ਜੇ ਬੈਂਚ ਬੁੰਚ ਲਗਾਏ ਜਾਣ, ਲੈਟਰਿੰਗ ਬਾਥਰੂਮ ਵੀ ਇੱਥੇ ਕੋਈ ਪ੍ਰਬੰਧ ਨਹੀਂ ਹੈ। ਇਹ ਕੰਮ ਹੋ ਜਾਵੇ ਤਾਂ ਮੈਂ ਆਪਣੇ ਸਾਰੇ ਪਿੰਡ ਵਾਸੀ ਸਾਡੀ ਪੰਚਾਇਤ ਪਿੰਡ ਦਾ ਬਹੁਤ ਬਹੁਤ ਧੰਨਵਾਦੀ ਹੋਏਗੀ ਜੀ।